दोस्तों असि अज सारे मेरे हलका भलथ दे ते मेरे जिहड़े मित्र सवेरे मिलन आउंदे ने घर इलैक्शन दे करके असि सब बहुत ही दुखदाई ते बड़े गमगीन माहौल विच सारा पंजाब दुनिया भर च बैठे जो साडा अजीज सत्कारयोग सरदार दीप सिंह सिद्धू एक मल्टीफैसेटेड पर्सनैलिटी एक बेहतरीन एक्टर एक बेहतरीन इंटलैक्चुअल माइंड एक वह आदमी जिहड़ा पंजाब लई मरदा सी अल्टीमेटली मारी गया बेचारा बट हिज हार्ट वॉज ऑलवेज बीटिंग फॉर पंजाब हिज हार्ट वॉज ऑलवेज बीटिंग फॉर द राइटफुल एथिक्स ऑफ सिखिज़म चाहे वह आप पूर्ण तौर पर सिख नहीं सीगा लेकिन चंगे चंगे वड्डे जिहड़े अपने आप नूं कहिंदे असीं पूर्ण खालसे हाँ उहदे नाल ज़्यादा अच्छी विचारधारा दीप सिद्धू दी सी। तुसीं सारे जाणदे हो कि ਆਪਾਂ ਸਭ ਬੜੇ ਪੰਜਾਬ ਦੇ ਲੋਕ ਨਾ ਭਾਵਕ ਅਤੇ ਜਜ਼ਬਾਤੀ ਲੋਕ ਆ ਦੀਪ ਸਿੱਧੂ ਵੀ ਭਾਵਕ ਸੀ ਜਜ਼ਬਾਤੀ ਵੀ ਸੀ ਪਰ ਨਾਲ ਬਹੁਤ ਜੀ ਹੋਸ਼ ਸੀਗਾ ਉਹਦਾ ਮਾਇੰਡ ਬਹੁਤ ਵੇਕੈਂਟ ਸੀਗਾ ਉਹਨੇ ਮੇਰਾ ਖਿਆਲ ਬਹੁਤ ਰਿਸਰਚ ਕੀਤੀ ਆਪਣੇ ਪੇਰੈਂਟਸ ਤੋਂ ਪੁਰਖਿਆਂ ਤੋਂ ਜਿਹੜੇ ਚੰਗੇ ਸੰਸਕਾਰ ਲਏ ਉਹ ਪੰਜਾਬ ਦੇ ਪ੍ਰਤੀ ਇਕੱਲੀ ਇਕੱਲੀ ਗੱਲ ਜਾਣਦਾ ਸੀਗਾ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਆਪਾਂ ਸਾਰੇ ਜ਼ਿਆਦਾ ਜਜ਼ਬਾਤੀ ਬੰਦੇ ਹਾਂ ਪੰਜਾਬ ਦੇ ਆਪਾਂ ਹਵਾ ਨਾਲ ਵਗਦੇ ਹਾਂ ਅੱਜਕੱਲ੍ਹ ਜਿਹੜੀ ਪੰਜਾਬ ਦੇ ਵਿੱਚ ਕੁਛ ਫਰਜ਼ੀ ਇਨਕਲਾਬੀ ਹਵਾ ਚਲਾ ਰਹੇ ਨੇ ਕਿ ਇਨਕਲਾਬ ਲੈ ਕੇ ਆਉਣਾ ਇਨਕਲਾਬ ਲੈ ਕੇ ਆਉਣਾ ਬਦਲਾਓ ਲੈ ਕੇ ਆਉਣਾ ਇਸ ਗੱਲ ਨੂੰ ਜਿਹੜੇ ਚੰਦ ਇੰਟੈਲੀਜੈਂਟ ਮਾਇੰਡ ਨੇ ਜਿਹੜੇ ਸਮਝਦੇ ਉਹਨਾਂ ਵਿੱਚ ਸਭ ਤੋਂ ਸ਼ਾਰਪ ਮਾਇੰਡ ਦੀਪ ਸਿੱਧੂ ਦਾ ਸੀਗਾ ਉਹ ਸਾਰੀ ਗੱਲ ਸਮਝ ਗਿਆ ਕਿ ਪੰਜਾਬ ਨੂੰ ਕੌਣ ਠੀਕ ਕਰ ਸਕਦਾ ਪੰਜਾਬ ਦਾ ਜਿਹੜਾ ਸਾਡਾ ਵਿਰਸਾ ਨਾ ਜਿਹੜਾ ਇੱਥੇ ਖੂਨ ਡੁੱਲਿਆ ਧਰਤੀ 'ਤੇ ਸਾਡੇ ਛੋਟੇ ਛੋਟੇ ਸਾਹਿਬਜ਼ਾਦਿਆਂ ਦਾ ਦਸਮ ਪਿਤਾ ਦਾ ਔਰ ਉਸ ਤੋਂ ਬਾਅਦ ਜਿਹੜਾ ਅਸਲ ਭਾਰਤ ਨੂੰ ਅਗਰ ਕਿਸੇ ਨੇ ਡਿਫੈਂਡ ਕੀਤਾ ਚਾਹੇ ਉਹ ਮੁਗਲਾਂ ਤੋਂ ਅਤੇ ਚਾਹੇ ਅਬਦਾਲੀਆਂ ਤੋਂ ਚਾਹੇ ਦੁਰਾਨੀਆਂ ਤੋਂ ਚਾਹੇ ਅੰਗਰੇਜ਼ਾਂ ਤੋਂ ਉਹ ਸਾਡੀ ਇਸ ਧਰਤੀ 'ਤੇ ਸ਼ਹੀਦ ਭਗਤ ਸਿੰਘ ਸਮੇਤ ਬਹੁਤ ਲੋਕਾਂ ਦਾ ਖੂਨ ਡੁੱਲਿਆ ਹੋਇਆ ਮਤ ਇਸ ਦੀ ਵਾਗਡੋਰ ਕਿਸੇ ਇੱਧਰ ਉੱਧਰ ਕਰ ਦੇਣਾ ਇਹ ਉਹ ਸਮਝਾਉਂਦਾ ਸੀਗਾ ਉਹਦੀ ਲਾਸਟ ਤਕਰੀਰ ਚਾਹੇ ਉਹ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਮੈਂ ਦੇਖਿਆ ਉਸਨੇ ਇੱਕ ਹੱਥ ਵਿੱਚ ਸਾਡਾ ਜਿਹੜਾ ਚਿੰਨ੍ਹ ਆ ਸਾਡੇ ਵਿਰਸੇ ਦਾ ਉਹਨੇ ਕਿਰਪਾਨ ਫੜੀ ਹੋਈ ਸੀ ਅਤੇ ਇੱਕ ਹੱਥ ਵਿੱਚ ਜਿੱਦਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਦਾ ਸਿੰਬਲ ਸੀਗਾ ਔਰ ਸਮਝਾ ਰਿਹਾ ਸੀਗਾ ਕਿ ਅਸੀਂ ਕਿਸ 'ਤੇ ਸਾਡਾ ਵਿਰਸਾ ਕੀ ਹੈ ਇਸ ਲਈ ਮੇਰੇ ਵੀਰੋ ਭੈਣੋ ਬਜ਼ੁਰਗੋ ਦੇ ਦੁਨੀਆ ਭਰ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਰਾਤ ਦੇਰ ਸੁਣਿਆ ਕਿ ਦੀਪ ਸਿੱਧੂ ਇੱਕ ਐਕਸੀਡੈਂਟ 'ਚ ਅਕਾਲ ਚਲਾਣਾ ਕਰ ਗਿਆ ਦੁਨੀਆ ਭਰ ਵਿੱਚ ਲੋਕਾਂ ਨੇ ਕਟਿੰਗ ਅਕਰੋਸ ਪਾਰਟੀ ਲਾਈਨਸ ਕਟਿੰਗ ਅਕਰੋਸ ਯੂ ਨੋ ਈਵਨ ਰਿਲੀਜੀਅਸ ਲਾਈਨਸ ਜਿਹੜੇ ਲੋਕ ਦੀਪ ਸਿੱਧੂ ਦਾ ਨੂੰ ਜਾਣਦੇ ਸੀਗੇ ਔਰ ਜਿਸ ਢੰਗ ਦੇ ਨਾਲ ਉਸਨੇ ਸਾਡੇ ਕੌਮ ਦਾ ਅਤੇ ਸਾਡੇ ਸੂਬੇ ਦਾ ਜੋ ਉਸਨੇ ਪ੍ਰਚਾਰ ਕੀਤਾ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਸ਼ਾਇਦ ਮੈਨੂੰ ਲੱਗ ਰਿਹਾ ਵਾ ਕਿ ਗੁਰਦਾਸ ਮਾਨ ਹੁਣੀ ਕਹਿ ਰਹੇ ਸੀਗੇ ਕਿ ਉਹਨਾਂ ਦੀ ਸ਼ਾਦੀ 'ਤੇ ਜਾ ਕੇ ਆਏ ਮੈਨੂੰ ਨਹੀਂ ਸੀ ਪਤਾ ਤਾਂ ਮੇਰੀ ਸਾਰੇ ਪਰਿਵਾਰ ਦੇ ਨਾਲ ਬਹੁਤ ਦਿਲ ਤੋਂ ਸਾਡੀ ਸਭ ਦੀ ਇਕੱਲੀ ਮੇਰੀ ਨਹੀਂ ਦੁਨੀਆ ਭਰ 'ਚੋਂ ਆਵਾਜ਼ ਉੱਠ ਰਹੀ ਆ ਅਤੇ ਦੀਪ ਸਿੱਧੂ ਦੇ ਅਸੀਂ ਬਹੁਤ ਦੁੱਖ ਮਨਾ ਰਹੇ ਹਾਂ ਬਹੁਤ ਅਫਸੋਸ ਆ ਕਿਉਂਕਿ ਇੱਦਾਂ ਦੇ ਬੱਚੇ ਪੈਦਾ ਨਹੀਂ ਹੋਣੇ ਦੁਬਾਰਾ ਅੱਜ ਕੱਲ੍ਹ ਦਾ ਜਿਹੜਾ ਨੌਜਵਾਨ ਤਬਕਾ ਉਹ ਤਾਂ ਜ਼ਿਆਦਾ ਤਰੱਕੀ ਵੱਲ ਨੂੰ ਲੱਗਿਆ ਹੋਇਆ ਆਰਥਿਕ ਤਰੱਕੀ ਵਿਦੇਸ਼ਾਂ ਵਿੱਚ ਜਾ ਰਹੇ ਨੇ ਚਲੋ ਉਹ ਵੀ ਆਪਣਾ ਇੱਕ ਰਸਤਾ ਹੈਗਾ ਬਟ ਦੀਪ ਸਿੱਧੂ ਐਸੈਟ ਸੀਗਾ ਸਾਡਾ ਐਸੈਟ ਜਿੱਦਾਂ ਆਪਾਂ ਕੋਈ ਗਹਿਣਾ ਕਹਿੰਦੇ ਹਾਂ ਸਾਡਾ ਉਹ ਸਾਡਾ ਗਹਿਣਾ ਸੀਗਾ ਉਹ ਸਾਡਾ ਗਹਿਣਾ ਸਾਡੇ ਤੋਂ ਅੱਜ ਦੂਰ ਹੋ ਗਿਆ ਨਹੀਂ ਰਿਹਾ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਮੈਨੂੰ ਸ਼ੱਕ ਪੈਂਦਾ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਕਿ ਸ਼ਾਇਦ ਸ਼ਰਾਰਤ ਤਾਂ ਨਹੀਂ ਇਹਦੇ ਪਿੱਛੇ ਤਾਂ ਮੈਂ ਇਸ ਦੇਸ਼ ਦੇ ਅਗਰ ਕੋਈ ਇਸ ਵਿੱਚ ਇਨਸਾਫ ਦੀ ਆਵਾਜ਼ ਸੁਣਦਾ ਇਸ ਦੇਸ਼ ਵਿੱਚ ਤਾਂ ਇਹਦੀ ਇੱਕ ਨਿਆਇਕ ਜਾਂਚ ਜਾਂ ਇੱਕ ਬਹੁਤ ਟਾਈਮ ਬਾਉਂਡ ਕੋਈ ਜੁਡੀਸ਼ਲ ਇਨਕੁਆਇਰੀ ਹੋਣੀ ਚਾਹੀਦੀ ਆ ਅਗਰ ਉਹ ਵਾਕਈ ਐਕਸੀਡੈਂਟ ਆ ਤਾਂ ਅਸੀਂ ਹਜ਼ਮ ਕਰਾਂਗੇ ਅਸੀਂ ਉਸ ਨੂੰ ਸਵੀਕਾਰ ਕਰਾਂਗੇ ਪਰ ਅਗਰ ਕਿਸੇ ਨੇ ਕੋਈ ਸ਼ਰਾਰਤ ਕੀਤੀ ਆ ਇੱਕ ਵਾਰ ਪਰਿਵਾਰ ਅਤੇ ਇੱਕ ਵਾਰ ਪੰਜਾਬ ਅਤੇ ਇੱਕ ਵਾਰ ਸਾਰੀ ਦੁਨੀਆ 'ਚ ਬੈਠੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਹਿਰਦੇ ਨੂੰ ਠੰਡ ਪਵੇਗੀ ਜੇ ਸਾਨੂੰ ਸੱਚ ਪਤਾ ਲੱਗ ਜਾਵੇਗਾ ਸਾਡੀ ਕਾਮਨਾਵਾਂ ਸਾਡੀਆਂ ਅਰਦਾਸਾਂ ਦੀਪ ਸਿੰਘ ਸਿੱਧੂ ਦੇ ਪਰਿਵਾਰ ਨਾਲ ਉਹਦੇ ਚਾਹਣ ਵਾਲਿਆਂ ਨਾਲ ਉਹਦੇ ਦੋਸਤਾਂ ਮਿੱਤਰਾਂ ਨਾਲ ਸਾਡੀਆਂ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਆ ਅਸੀਂ ਅਰਦਾਸਾਂ ਕਰਦੇ ਹਾਂ ਕਿ ਵਾਹਿਗੁਰੂ ਇਹ ਦਿਨ ਕਦੀ ਇੱਦਾਂ ਦੇ ਯੋਧਿਆਂ 'ਤੇ ਚੰਗੇ ਬੰਦਿਆਂ 'ਤੇ ਆਵੇ ਨਾ ਅਤੇ ਉਹਦੀ ਜਿਹੜੀ ਆਤਮਾ ਉਸ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਸ਼ਾਂਤੀ ਬਖਸ਼ਣ ਆਤਮਕ ਸ਼ਾਂਤੀ ਹੋਵੇ ਅਤੇ ਜਿਹੜਾ ਉਹਦਾ ਸੁਣਿਆ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਮੈਂ ਕਹਿਣਾ ਚਾਹੁੰਦਾ ਕੋ ਟਰਾਈ ਟੂ ਅੰਡਰਸਟੈਂਡ ਵਾਟ ਦੀਪ ਸਿੱਧੂ ਸੈਡ ਵਾਟ ਹੀ ਮੈਂਟ
और की चाहता सीगा ते की ओ वॉर्न कर रहा सीगा तुहानू अपना विरसा ये जड़ा एड्डा वड्डा किसी होर दी झोली च पाउण तो पहला बाहरले आंदी झोली च पाउण तो पहला एक बार दीप सिद्धू दी गल्लां कीतियां होईयां शंभू बॉर्डर ते बैठा जिथे मैं भी उहदे नाल बैठा जाके उहदी गल ते जरूर गौर कर लियो ते फिर अपना जड़ा है मन बनायो साडियां अरदासां ते साडा शुभकामनावां साडी दिलों अरदास है कि परमात्मा उहदी आत्मा नूं शांति बख्शन बहुत बहुत तुहाडा धन्नवाद फतेह बुला दिओ भाओ सारे वाहिगुरु जी का वाहिगुरु दीप सिद्धू अमर रहे 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 वाहिगुरु जी का खालसा वाहिगुरु।